ਜਿੱਥੇ ਨੌ ਦੀ ਹਕੂਮਤ ਹੈ ਨਾ ਉਹ ਘਰ ਕਬਰਸਤਾਨ ਹੈ। ਕਿਉਂਕਿ ਜਿੰਨਾ ਮਾਪਿਆਂ ਨੂੰ ਸਤਾਇਆ ਉਹਨਾਂ ਸੁਖ ਕਦੀ ਨਹੀਂ। ਉੱਚੀ ਬੋਲੋ, ਜਿੰਨਾ ਮਾਪਿਆਂ ਨੂੰ ਸਤਾਇਆ ਉਹਨਾਂ ਉਹਨਾਂ ਸੁਖ ਕਦੀ ਨਹੀਂ ਪਾਇਆ। ਮੇਰੀਏ ਭੈਣੇ ਸੁਣ ਲਓ, ਤੈਨੂੰ ਤੇ ਸੱਸ ਨੂੰ ਪੈਸੇ ਫੜਾਉਣੇ ਚਾਹੀਦੇ ਨੇ। ਜੇ ਸੱਸ ਦੀ ਕਦਰ ਪੁੱਛਣੀ ਤੇ ਸੁਨਿਆਰੇ ਨੂੰ ਪੁੱਛੀ। ਅਜੇ ਤੂੰ ਆਈ ਨਹੀਂ, ਤੇਰੀ ਸੱਸ ਹਜ਼ਾਰ ਹਜ਼ਾਰ ਸਬਜ਼ੀ ਚੋਂ ਬਚਾ ਕੇ ਤੇ ਸੁਨਿਆਰੇ ਨੂੰ ਦੇਵੇ, ਮੇਰੀ ਨੌ ਦੀਆਂ ਟੂਮਾਂ ਬਣ ਜਾਵਣ। ਇਹਨੂੰ ਸੱਸ ਕਹਿੰਦੇ ਨੇ। ਜੇ ਕਿਸੇ ਸਹੁਰੇ ਦੀ ਕਦਰ ਪੁੱਛਣੀ ਸੁਨਿਆਰੇ ਨੂੰ ਪੁੱਛੇ ਕਿ ਬਾਬਾ ਆਪਣੀ ਕਮਾਈ ਚੋਂ ਹਜ਼ਾਰ ਹਜ਼ਾਰ ਜਮ੍ਹਾਂ ਕਰਾ ਕੇ ਨੌ ਦੀਆਂ ਟੂਮਾਂ ਬਣਾਉਂਦਾ ਤੇ ਨੌ ਆਉਂਦਿਆਂ ਫਰਿੱਜ ਨੂੰ ਤਾਲੇ ਮਾਰ ਲੈਂਦੀ। ਆ ਮੇਰੇ ਕੋਲ ਕਈ ਆਉਂਦੀਆਂ, ਵੇ ਪੀਰਾ ਤਵੀਤ ਇਹੋ ਜਿਹਾ ਦੇ, ਸੱਸ ਔਰਤ ਜਾਂਦੀਆਂ ਫੁੜਕ ਜੇ। ਕਈ ਆਉਂਦੀਆਂ ਨੇ, ਉੱਲੂ ਦੇ ਖੂਨ ਨਾਲ ਤਵੀਤ ਲਿਖੀ, ਮੇਰਾ ਬੰਦਾ ਉੱਲੂ ਹੀ ਹੋ ਜੇ। ਮੈਂ ਜਿਹਨੂੰ ਤੂੰ ਮਿਲੀ ਹੈ ਉਹਨੂੰ ਉੱਲੂ ਕਰਨ ਦੀ ਕੋਈ ਲੋੜ ਨਹੀਂ, ਉਹ ਆਪੇ ਹੀ ਹੋ ਜਾਣਾ। ਕਰਦੀਆਂ ਨੇ ਫਰਾਂ ਦੇ ਕਾਰ, ਟੱਬਰਾਂ ਦੇ ਟੱਬਰ ਵਿਗੜੇ ਪੈਣ। ਸੱਸ ਔਰੇ ਨੂੰ ਸਮਝਦੇ ਕੋਈ? ਸੁਣ ਲਓ, ਹਾਲ ਬੜੀ ਵੱਡੀ ਹੈ, ਇਹਨੂੰ ਪੱਲੇ ਬੰਨ ਲਿਆ ਜੇ। ਅਰਜ਼ ਕਰਦਾ ਪਿਆ ਵੀਰਾ, ਇੱਥੇ ਰਨ ਬਿਮਾਰ ਹੋਵੇ ਰਾਤ ਹੀ ਗੱਡੀ ਪਾ ਕੇ ਲੈ ਜਾਣਾ ਹੈ। ਇੱਕੋ ਹੀ ਵੱਲ ਅੰਗੂਰਾਂ ਦੀ, ਕੁਝ ਮਿੱਠੇ ਨੇ ਕੁਝ ਖੱਟੇ ਨੇ, ਕਿਤੇ ਅਗਲੇ ਡੰਗ ਦੇ ਜੁੜਦੇ ਨਹੀਂ, ਕਈ ਦਿੰਦੇ ਫਿਰਦੇ ਛੱਟੇ ਨੇ, ਕਈਆਂ ਕੋ ਤਾਂਗਿਆਂ ਜਿੰਨਾ ਕਰਾਇਆ ਨਹੀਂ, ਕਈ ਬੈਠ ਜਹਾਜ਼ੀ ਉੱਡੇ ਨੇ, ਕਿਤੇ ਚਿਹਰੇ ਚੋ ਚੋ ਕਰਦੇ ਨੇ, ਕਿਤੇ ਰਾਂਗੀ ਰਹਿੰਦੇ ਉੱਡੇ ਨੇ, ਕਈ ਮਾਰੇ ਹੋਏ ਨਸੀਬਾਂ ਦੇ, ਕੋਈ ਬਹੁਤੇ ਹੀ ਕਰਮਾਂ ਵਾਲੇ ਨੇ, ਕਿਤੇ ਸੋਣਾ ਹੀ ਸੋਣਾ, ਮਿੰਟ 15 ਰਹਿ ਗਏ ਨੇ, 11:30 ਵਜੇ ਮੈਂ ਦੁਆ ਕਰਾ ਦੇਣੀ ਹੈ ਧਿਆਨ ਮੇਰੇ ਵੱਲ, ਕਿਤੇ ਸੋਣਾ ਹੀ ਸੋਣਾ ਸੋਣਾ ਏ, ਕਿਤੇ ਕੰਨਾਂ 'ਚ ਪਾਉਣ ਵਾਲੇ ਨਹੀਂ। ਕਈ ਸੱਸਾਂ ਬੜੀਆਂ ਚੜੇਲ ਹੁੰਦੀਆਂ, ਮੇਨੇ ਮਾਰਦੀਆਂ, ਤੇਰੀ ਮਾਂ ਨੇ ਕੀ ਪਾਇਆ, ਤੇਰੇ ਪਿਓ ਨੇ ਕੀ ਪਾਇਆ, ਨਹੀਂ ਭੈਣੇ ਮੇਰੇ ਨਾ ਮਾਰਿਆ ਕਰ। ਅਗਰ ਉਹਦੇ ਮਾਪੇ ਪਾਣ ਜੋਗੇ ਹੁੰਦੇ, ਨਹੀਂ ਮੇਰੀ ਇਹ ਕਮਲੀਏ ਭੈਣੇ, ਅਗਰ ਉਹਦੇ ਮਾਪੇ ਪਾਣ ਜੋਗੇ ਹੁੰਦੇ, ਤੇਰੀਆਂ ਗੱਲਾਂ ਕਾਨੂੰ ਸੁਣਨੀਆਂ ਸੀ, ਇਹ ਤੇ ਮੇਰੇ ਦਾਤਾ ਦੀਆਂ ਮਰਜ਼ੀਆਂ। ਕਈ ਮੇਰੀਆਂ ਪੈਣਾਂ ਨਬੀ ਗਹਿਣੇ ਨਾਲ ਲੱਦੀਆਂ ਜਾਂਦੀਆਂ ਨੇ, ਕਈ ਡੋਲੇ ਪੈਣ ਕੰਨੋਂ ਵੀ ਬੁੱਚੀਆਂ ਤੇ ਨੱਖੋਂ ਵੀ ਬੁੱਚੀਆਂ ਨੇ, ਕਈ ਮਾਰੇ ਹੋਏ ਨਸੀਬਾਂ ਦੇ, ਕੋਈ ਬਹੁਤੇ ਹੀ ਕਰਮਾਂ ਵਾਲੇ ਨੇ, ਕਿਤੇ ਸੋਹਣਾ ਹੀ ਸੋਹਣਾ ਸੋਹਣਾ ਏ, ਕਿਤੇ ਕੰਨਾਂ 'ਚ ਪਾਉਣ ਵਾਲੇ ਨਹੀਂ, ਕਿਤੇ ਲੱਸੀ ਪੀਣ ਨੂੰ ਲੱਭਦੀ ਨਹੀਂ, ਕਈਆਂ ਕੁੱਤੇ ਦੁੱਧੀ ਪਾਲੇ ਨੇ, ਕਿਤੇ ਗਮਾਂ ਤੋਂ ਛੁੱਟੀ ਮਿਲਦੀ ਨਹੀਂ, ਕਈ ਖੁਸ਼ੀਆਂ ਦੇ ਵਿੱਚ ਅੱਟੇ ਨੇ, ਹੈ ਇੱਕੋ ਹੀ ਵਾਲੇ ਅੰਗੂਰਾਂ ਦੀ, ਕੁਝ ਮਿੱਠੇ ਨੇ ਕੁਝ। ਇੱਧਰ ਵੇਖੋ ਕੁਰਸੀ ਸਾਹਿਬ, ਇੱਧਰ ਮੇਰੇ ਵੱਲ ਧਿਆਨ, ਮੋਬਾਈਲ ਦਾ ਖਹਿੜਾ ਛੱਡ ਦੇ, ਮੇਰੇ ਵੱਲ ਵੇਖ। ਅਰਜ਼ ਕਰਨਾ ਚਾਹ ਰਿਹਾ, ਹੈ ਇੱਕੋ ਹੀ ਵਾਲੇ ਅੰਗੂਰਾਂ ਦੀ, ਕੁਝ ਮਿੱਠੇ ਨੇ ਕੁਝ। ਉੱਚੀ ਬੋਲੋ, ਹੈ ਇੱਕੋ ਹੀ ਵਾਲੇ ਅੰਗੂਰਾਂ ਦੀ, ਕੁਝ ਮਿੱਠੇ ਨੇ ਕੁਝ ਨੇ। ਜਿਨ੍ਹਾਂ ਸਹੁਰਿਆਂ ਮਗਰ ਲੱਗ ਕੇ ਮਾਪੇ ਛੱਡੇ ਨੇ, ਉਹ ਹੈ ਉੱਲੂ ਦੇ ਪੱਠੇ ਨੇ। ਰੰਨਾਂ ਲੱਭ ਜਾਂਦੀਆਂ ਨੇ ਮਾਪੇ, ਇੱਧਰ ਵੇਖ ਕੰਨ 'ਚ ਤੇਰੀ ਜਾਨ, ਤੂੰ ਉੱਡ ਜਾਣਾ, ਇੱਧਰ ਵੇਖ ਜਰਾ ਧਿਆਨ ਕਰ। ਬੋਲੋ ਮਿਲ ਕੇ, ਰੰਨਾਂ ਲੱਭ ਜਾਂਦੀਆਂ ਨੇ ਮਾਪੇ, ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਬਾਗ ਬਹਾਰਾਂ, ਸਦਾ ਨਾ ਮਾਪੇ ਹੁਸਨ ਜਵਾਨੀ, ਸਦਾ ਨਾ ਸੋਹਬਤ ਯਾਰਾਂ। ਇੱਥੇ ਰਨ ਬਿਮਾਰ ਹੋਵੇ ਰਾਤ ਹੀ ਗੱਡੀ ਪਾ ਕੇ ਲੈ ਜਾਣਾ, ਅਗਰ ਮਾਂ ਬਿਮਾਰ ਹੋਵੇ ਅਨਾ ਸਿਰ ਬਣ ਕੇ ਪਈ ਰਹੋ, ਸਿਆਪਾ ਪਾਇਆ ਨੀਂਦਾਂ ਹਰਾਮ ਕੀਤੀਆਂ, ਡਿਸਪਰੀਨ ਖਾ ਲਾ ਸੁਬਾਹ ਤੈਨੂੰ ਲੈ ਜਾਗਾ, ਪਰ ਕਦੀ ਕੁਰਾਨ ਪੜਿਆ ਆਉਂਦਾ ਵਕਾ ਰੱਬੂ ਕਾ ਅੱਲਾ ਤਾਬੂਦੂ ਇਲਾ ਇਯਾਹੂ ਵਾਬਿਲ ਵਾਲੇ ਦੇਨੀ ਇਹਸਾਨ। ਅੱਲਾ ਰਸੂਲ ਤੋਂ ਬਾਅਦ ਅਗਰ ਕਿਸੇ ਦਾ ਹੁਕਮ ਮੰਨਣਾ ਵੀ ਆਪਣੇ ਮਾਪਿਆਂ ਦਾ ਹੁਕਮ ਮੰਨਣਾ ਹੀ, ਨਹੀਂ ਤੇ ਨਮਾਜ਼ਾਂ ਪੜ੍ਹੀਆਂ ਵੀ ਜ਼ਾਇਆ ਜਾਣਗੀਆਂ, ਰੋਜ਼ੇ ਰੱਖੇ ਵੀ ਜ਼ਾਇਆ ਜਾਣਗੇ, ਹੱਜਾਂ ਕੀਤੀਆਂ ਵੀ ਜ਼ਾਇਆ ਜਾਣਗੀਆਂ, ਜੰਨਤ ਮਾਂ ਦੇ ਕਦਮਾਂ ਥੱਲੇ ਬਾਬਾ ਜੰਨਤ ਦਾ ਦਰਵਾਜ਼ਾ ਹੈ। ਪਰ ਕਦੀ ਵੇਖਿਆ ਹੁੰਦਾ ਬਚਪਨ
ਇੱਥੇ ਖਿਆਲੀ ਚ ਮਾਂ ਨੂੰ ਜਵਾਬ ਮਿਲ ਗਿਆ ਕਿਲਾਨੀ ਸਾਹਿਬ ਇੱਥੇ ਗਲਾਂ ਜੀ ਦੁਨੀਆ ਦੇ ਉੱਤੇ ਅਬਦੁਲ ਵਹੀ ਕਿਲਾਨੀ ਸਾਹਿਬ ਜੁਮਲਾ ਬੜਾ ਬਜ਼ੁਰਗੋ ਵਕੀਆ ਤੁਸਲਵ ਦਾਮਤ ਬਰਕਾਤ ਮਾਲੀਆ ਮੱਦਾ ਜ਼ਿਲ੍ਹਾ ਉਲਾਲੀ ਬਜ਼ੁਰਗ ਤਸ਼ਰੀਫ ਫਰਮਾਣੇ ਇਹਨਾਂ ਨੂੰ ਪਤਾ ਹੈ ਇੱਥੋਂ ਡਾਕਟਰ ਨੇ ਜਵਾਬ ਦਿੱਤਾ ਬੀਬੀ ਇਹਨੂੰ ਸ਼ਹਿਰ ਲੈ ਜਾਓ ਮਾਂ ਨੇ ਨਾ ਧੁੱਪ ਵੇਖੀ ਨਾ ਛਾਂ ਵੇਖੀ ਨਾ ਦਿਨ ਵੇਖਿਆ ਨਾ ਰਾਤ ਵੇਖੀ ਨਾ ਮੀਰੀ ਵੇਖੀ ਨਾ ਗਰੀਬੀ ਵੇਖੀ ਤੂਰ ਸਾਹਿਬ ਇੱਥੋਂ ਜੋਲੀ 'ਚ ਪਾਇਆ ਮਾਂ ਖਿਆਲੀਓ ਸਿੱਧੀ ਜਨਾਬੇ ਵਾਲਾ ਸਿਵਲ ਲੈ ਜਾਂਦੀ ਹੈ ਉੱਥੋਂ ਜਵਾਬ ਮਿਲਿਆ ਚੌਧਰੀ ਹਸਪਤਾਲ ਲੈ ਜਾਂਦੀ ਹੈ ਉੱਥੋਂ ਜਵਾਬ ਮਿਲਿਆ ਚੱਠੇ 'ਚ ਲੈ ਜਾਂਦੀ ਹੈ ਉੱਥੋਂ ਜਵਾਬ ਮਿਲਿਆ ਕਾਮੋਕੀ ਲੈ ਜਾਂਦੀ ਹੈ ਉੱਥੋਂ ਜਵਾਬ ਮਿਲਿਆ ਮਰੀਦ ਕੇ ਲੈ ਜਾਂਦੀ ਹੈ ਉੱਥੋਂ ਜਵਾਬ ਮਿਲਿਆ ਸ਼ਦਰੇ ਲੈ ਜਾਂਦੀ ਹੈ ਉੱਥੋਂ ਜਵਾਬ ਮਿਲਿਆ ਸ਼ਦਫਾਗ ਲੈ ਜਾਂਦੀ ਹੈ ਉੱਥੋਂ ਜਵਾਬ ਮਿਲਿਆ ਜਨਾਹ ਲੈ ਜਾਂਦੀ ਹੈ ਉੱਥੋਂ ਜਵਾਬ ਮਿਲਿਆ ਗੰਗਾ ਰਾਮ ਲੈ ਜਾਂਦੀ ਹੈ ਉੱਥੋਂ ਜਵਾਬ ਮਿਲਿਆ ਮੇਹੂ ਲੈ ਜਾਂਦੀ ਹੈ ਉੱਥੋਂ ਜਵਾਬ ਮਿਲਿਆ ਫਾਤਮਾ ਮੈਮੋਰੀਅਲ ਲੈ ਜਾਂਦੀ ਹੈ ਉੱਥੋਂ ਜਵਾਬ ਮਿਲਿਆ ਗੁਲਾਬ ਦੇਵੀ ਲੈ ਜਾਂਦੀ ਹੈ ਉੱਥੋਂ ਜਵਾਬ ਮਿਲਿਆ ਲਾਹੌਰ ਦੇ ਚਿਲਡਰਨ ਹਸਪਤਾਲ ਲੈ ਜਾਂਦੀ ਹੈ ਆਂਦੀ ਹੈ ਡਾਕਟਰ ਸਾਹਿਬ ਮੇਰਾ ਮਕਾਨ ਵੀ ਵਿਕ ਜੇ ਮੇਰਾ ਪੁੱਤਰ ਬਚ ਜੇ ਮੇਰੀਆਂ ਬੋਰੀਆਂ ਵੀ ਵਿਕ ਜਾਣ ਪਰ ਮੇਰਾ ਪੁੱਤਰ ਬਚ ਜੇ ਆ ਮੇਰੇ ਬਰੈਸਲੈਟ ਵੀ ਵਿਕ ਜਾਣ ਮੇਰਾ ਪੁੱਤਰ ਬਚ ਜੇ ਆ ਮੇਰੇ ਕੜੇ ਵੀ ਵਿਕ ਜਾਣ ਮੇਰਾ ਪੁੱਤਰ ਬਚ ਜੇ ਆ ਮੇਰੀਆਂ ਡੰਡੀਆਂ ਵੀ ਵਿਕ ਜਾਣ ਪਰ ਮੇਰਾ ਪੁੱਤਰ ਬਚ ਜੇ ਆ ਮੇਰੀਆਂ ਕੈਠੀਆਂ ਵੀ ਵਿਕ ਜਾਣ ਮੇਰਾ ਪੁੱਤਰ ਬਚ ਜੇ ਆ ਮੇਰੀ ਦੁਕਾਨ ਵੀ ਵਿਕ ਜੇ ਮੇਰਾ ਪੁੱਤਰ ਬਚ ਜੇ ਆ ਮੇਰਾ ਮਕਾਨ ਵੀ ਵਿਕ ਜੇ ਮੇਰਾ ਪੁੱਤਰ ਬਚ ਜੇ ਅਜੇ ਮਾਂ ਨੇ ਤੇਰੀਆਂ ਕਮਾਈਆਂ ਨਹੀਂ ਖਾਧੀਆਂ ਅਜੇ ਮਾਂ ਨੇ ਤੇਰੇ ਪਲਾਜ਼ੇ ਨਹੀਂ ਵੇਖੇ ਅਜੇ ਮਾਂ ਨੇ ਤੇਰੀਆਂ ਕੋਠੀਆਂ ਨਹੀਂ ਵੇਖੀਆਂ ਅਜੇ ਮਾਂ ਨੇ ਤੇਰੇ ਕਾਰਖਾਨੇ ਨਹੀਂ ਵੇਖੇ ਅਜੇ ਮਾਂ ਨੇ ਤੇਰੀਆਂ ਸਿਆਸਤਾਂ ਨਹੀਂ ਵੇਖੀਆਂ ਅਜੇ ਮਾਂ ਨੇ ਤੇਰੇ ਅਹੁਦੇ ਨਹੀਂ ਵੇਖੇ ਡਾਕਟਰ ਨੇ ਹਿੰਜੂ ਘੇਰ ਦਿੱਤੀਆਂ ਬੀਬੀ ਅੱਲਾਹ ਵੱਲ ਧਿਆਨ ਕਰ ਲਓ ਆਂਦੀ ਰੱਬਾ ਮੈਂ ਨੰਗ ਫਕੀਰ ਹੋ ਗਈ ਪੁੱਤਰ ਮਗਰ ਸਭ ਕੁਝ ਵੇਚ ਕੇ ਲਾਤਾ ਵੇ ਪੁੱਤਰ ਮੈਂ ਤੇਰੇ ਬੋਲਣ ਦੀ ਪੁੱਕੀ ਵੇ ਇੱਕ ਵਾਰਾ ਮਾਂ ਕਹਿ ਵੇ ਮੈਂ ਹਜ਼ਾਰ ਵਾਰ ਸ਼ਕਰੇ ਜਾਵਾਂ ਪੁੱਤਰ ਤੇਰਾ ਬਾਬਾ ਆਈ ਵੇ ਪੁੱਤਰ ਇੱਕ ਵਾਰਾ ਬੋਲ ਪਰ ਡਾਕਟਰ ਨੇ ਹਿੰਜੂ ਘੇਰ ਦਿੱਤੀਆਂ ਬੀਬੀ ਅੱਲਾਹ ਵੱਲ ਧਿਆਨ ਕਰ ਲਓ ਇਹਨੂੰ ਮਾਂ ਕਹਿੰਦੇ ਨੇ ਇਹ ਗੱਲ ਸੁਣ ਕੇ ਮੈਂ ਕਈ ਵਾਰਾ ਤਕਰੀਰ ਤੋਂ ਜਾਵਾਂ ਮਾਂ ਨੂੰ ਕਹਿਣਾ ਮਾਂ ਇੱਕ ਮੇਰੇ 'ਚ ਵੀ ਕਮੀ ਹੈ ਜਿਹੜਾ ਟਾਈਮ ਮੈਂ ਤੈਨੂੰ ਦੇਣਾ ਮੈਂ ਸਫ਼ਰ ਤੇਰੇ ਨੇ ਦਿਨ ਰਾਤ ਜਲਸੇ ਕਰਨੇ ਮਾਵਾਂ ਦੀ ਨੌਕਰੀ ਕਰਦਾ ਫਿਰਨੇ ਮੈਨੂੰ ਮਾਫ਼ ਕਰ ਦੇ ਵੀ ਇੰਨਾ ਟਾਈਮ ਤੈਨੂੰ ਨਹੀਂ ਦੇ ਸਕਦਾ ਪਰ ਜਦੋਂ ਮੈਂ ਤੇਰੀ ਇਹ ਗੱਲ ਸੁਣਾਉਣਾ ਵੇ ਇਹਦੇ ਥਾਂ ਮੈਨੂੰ ਮਾਰ ਲਾ ਪਰ ਮੇਰਾ ਪੁੱਤਰ ਕਦੀ ਰਾਤ ਉੱਠ ਕੇ ਬਲੱਡ ਚੈੱਕ ਕੀਤਾ ਹੋਵੇ ਕਦੀ ਰਾਤ ਉੱਠ ਕੇ ਮਾਂ ਦੇ ਕਮਰੇ 'ਚ ਗਿਆ ਹੋਵੇ ਅੱਜ ਮੇਰੇ ਆਂਸੂਆਂ ਦੀ ਲਾਜ ਰੱਖ ਕੇ ਆਪਣੇ ਅੱਲਾ ਨੂੰ ਸਾਹਮਣੇ ਰੱਖ ਕੇ ਕੋਈ ਬੰਦਾ ਝੂਠ ਨਾ ਬੋਲੇ ਹੱਥ ਖੜਾ ਕਰਕੇ ਦੱਸੋ ਕਿਹੜਾ ਬੰਦਾ ਰਾਤ 12 ਵਜੇ ਤੋਂ ਬਾਅਦ ਉੱਠ ਕੇ ਮਾਂ ਦੇ ਕਮਰੇ 'ਚ ਜਾਂਦਾ ਕਿ ਵੇਖਾਂ ਕਿਤੇ ਮਾਂ ਦਾ ਬਲੱਡ ਹਾਈ ਤੇ ਨਹੀਂ ਕਿਨੋ ਬੰਦੇ ਵੀ ਇੱਕ ਦੋ ਤਿੰਨ ਤਿੰਨ ਬੰਦੇ ਅਫਸੋਸ ਏ ਤੂੰ ਸੁੱਤਾ ਹੋਵੇ ਤੇ ਮਾਂ 10 ਵਾਰਾਂ ਵੇਖਦੀ ਕਿਤੇ ਕੱਪੜਾ ਮੂੰਹ ਤੋਂ ਤਾਂ ਨਹੀਂ ਲੱਥਾ ਕਿਤੇ ਮੱਛਰ ਨਾ ਲੜ ਜਾਵੇ ਸਾਰੀ ਰਾਤ ਹੀ ਤੇਰੇ ਤੇ ਭਰ ਦੇਵੇ ਤੇ ਕਦੀ ਤੂੰ ਆਪਣੀ ਬੇਗਮ ਦੇ ਕਮਰੇ 'ਚੋਂ ਨਿਕਲ ਕੇ ਇੱਕ ਗੱਲ ਅੱਜ ਮੇਰੀ ਪੱਲੇ ਬੰਨ ਲਓ ਜਾਓ ਤਜਰਬਾ ਕਰਿਆ ਜੇ ਨਾਸਰ ਮਦਨੀ ਮਾਂ ਦਾ ਨੌਕਰ ਮੈਂ ਬੜੀਆਂ ਮਾਂ ਦੀਆਂ ਕਰਾਮਤਾਂ ਇੱਥੇ ਮੈਂ ਨਸ਼ਹਿਰੇ ਰੋਡ 'ਤੇ ਤਕਰੀਰ ਪਿਆ ਕਰਾਂ ਉਸ ਦਿਨ ਮੈਂ 4 ਤਕਰੀਰਾਂ ਕੀਤੀਆਂ ਅਤੇ ਰਾਤ ਮੈਨੂੰ ਤਕਲੀਫ ਹੋਈ ਮਹਿਸੂਸ ਨਾ ਸਰਗੀ ਵਾਲੇ ਮੈਨੂੰ ਨਾ ਜਨਾਬ ਗੁਰਦੇ ਦੀ ਦਰਦ ਹੋਈ ਅਤੇ ਮੈਂ ਰਾਈ ਹਸਪਤਾਲ ਚਲੇ ਗਿਆ ਅਤੇ ਇੰਨੀ ਤਕਲੀਫ ਇੰਨੀ ਤਕਲੀਫ ਅੱਲਾ ਦੁਸ਼ਮਣ ਨੂੰ ਵੀ ਗੁਰਦੇ ਦੀ ਦਰਦ ਨਾ ਅਤੇ ਮੈਂ ਉੱਥੇ ਪਹੁੰਚਿਆ ਨਾ ਅਤੇ ਮੈਂ ਡਰਾਈਵਰ ਨੂੰ ਕਿਹਾ ਮੇਰਾ ਨੰਬਰ ਮਿਲਾ ਮਾਂ ਨਾਲ ਮੈਂ ਸਿਰਫ ਫੋਨ 'ਤੇ ਗੱਲ ਕੀਤੀ ਅਮਾਂ ਮੈਨੂੰ ਤਕਲੀਫ ਬੜੀ ਬੈੱਡ 'ਤੇ ਅਜੇ ਮੈਂ ਲੇਟਿਆ ਡਾਕਟਰ ਨਹੀਂ ਆਇਆ ਅਤੇ ਅੱਲਾ ਨੇ ਸ਼ਫਾ ਦੇ ਦਿੱਤੀ ਜਿਹੜੀ ਦਰਦ ਨੇ ਮੈਨੂੰ ਸੋਫੇ 'ਤੇ ਨਹੀਂ ਬਹਿਣ ਦਿੱਤਾ ਚਾਰ ਪਾਈ 'ਤੇ ਨਹੀਂ ਜ਼ਮੀਨ 'ਤੇ ਨਹੀਂ ਮੈਂ ਲੇਟਦਾ ਸਾਂ ਲੇਟਿਆ ਨਹੀਂ ਜਾਂਦਾ ਸੀ ਬੈਠਦਾ ਸਾਂ ਬੈਠਿਆ ਨਹੀਂ ਜਾਂਦਾ ਸੀ ਖੜ੍ਹਾ ਹੁੰਦਾ ਸਾਂ ਖੜ੍ਹਾ ਨਹੀਂ ਸੀ ਵੱਜ ਮਗਰ ਮੈਂ ਇੰਨਾ ਹੀ ਕਿਹਾ ਕਿ ਮੇਰੀ ਮਾਂ ਨਾ ਫੋਨ 'ਤੇ ਮੇਰੀ ਗੱਲ ਕਰਾ ਮੈਂ ਕਿਹਾ ਮਾਂ ਮੈਨੂੰ ਅੱਜ ਤਕਲੀਫ ਬੜੀ ਅਤੇ ਮਾਂ ਨੇ ਅਜੇ ਫੋਨ ਬੰਦ ਕੀਤਾ ਅਤੇ ਅੱਲਾ ਨੇ ਸਾਰੀ ਦਰਦ ਹੀ ਮੁਕਾ ਦਿੱਤੀ ਇਹ ਮੇਰਾ ਵਾਕਿਆ ਹੈ ਸੁਣ ਲਓ ਹੱਤਰ ਵਲੀ ਦੁਆ ਕਰਨ ਲੱਪਣ ਉੰਨੀ ਜਲਦੀ ਉਹ 17 ਵਲੀਆਂ ਦੀ ਨਹੀਂ ਸੁਣਦਾ ਜਿੰਨੀ ਜਲਦੀ ਤੇਰੀ ਬੁੱਢੀ ਜੀ ਮਾਂ ਦੀ ਸੁਣਦਾ ਹੈ ਜਿਨ੍ਹਾਂ ਦੀ ਫੌਤ ਹੁੰਦੀ ਉਹ ਵੀ ਸੁਣਾਉਣ ਲੱਗਾ ਹੈ
जितों दरिया लंघ जावन दरिया सुक भी जावन उन्हां रेतां च नमी रहिंदी ए। जिन्हां घरां च मां रही होवे मां दी खिदमत कीती होवे मां टुर भी जावे ते मावां दे दुआवां दे असर क्यामत तक रहिंदे ने। ये गल लिख लो मां दी दुआ मां दी खिदमत आम नहीं ए पल्ले बन लो अज गल अज हाथ खड़े करके मेरे नाल वादा करो मैं देन लगा तुहानू नुस्खा ते उहदे ते अमल करिया जे। रात अद्धी रात दा वक्त होवे अम्मा सुती होवे तू ओहदा बूआ खोल के ते चुपके ना जाके पैरां आले पासे खलो जी। अद्धी रात वाले जदों मां दी अख खुले वे पुत्र खैर अज इत्थे खलोता है अम्मा कोई सहन नहीं कीता तू ते रोज दस वरा उठ के वेखदी मैं अज एक वरा वेख्या किते अम्मा नूं किसे चीज की लोड़ ते नहीं सिर्फ एक दफा ते जे वेखी उस टाइम जिहड़ी कलेजे चो दुआ निकलनी सत्य आसमान चीर के लंघ जानी है। हाले तू मां दी कोई मुट्ठी नहीं भरी कुछ नहीं सिर्फ क्या अम्मा मैं खलोता ही सिर्फ तेरे वास्ते। एक खलोन दा पता जर किन्ना मिलिया कहनी वे पजैल मैनू पानी पिला दे कहंदे ने राम जी मानी लैन चले गए रात दा बिखा मां सौ गई सारी रात खलोतिया लांगी अम्मा कहनी वे सदैल मैं पानी मंगया जी अदे लबई कया कहंदी है मैं अम्मा नू लबई कया उमो अम्मा मैं लैके खलोताई वे पुत्रा पानी लैके सारी रात ही खलोता रहा मां अज ते मौका सी वकुर रब्बे रहमहुमा कमा रब्बा यानी सगीरा जदो मैं सुता उन्ना सा तू सत्ता कमरिया तक पुछिया नू कहीं नहीं सा रौला ना पाओ मेरा लाल सुता है। मैं सोचिया बुढ़े बंदे दी अख उगड़ जावे फिर अख लगदी नहीं अज मौका है अम्मा सुती है मैं जगाना नहीं मैं ते अम्मा मैं ते रात दा ही लैके खलोता है मां ने पानी फड़ के क्या रब्बा मैं फजैल ते राजी इनू अपना वली बना ला। बदनामे जमाना डाकू ना को वजू किया ना नमाज पढ़ी ना को रोजा ना हज ते अल्लाह ने अपना वली बना लिया। मां दी दुआ कोई आम है हाँ सुन लो लखा साथ ने बंदे दे वेच दुनिया पर नियो मां दे साथ जे साक वरगा पुत्र पावे जमाने दा वली होवे पर नियो मां दे पैरां दी खाक वरगा। मिंट सिर्फ छे सत ने ध्यान मेरे वल अर्ज करदा मैं वेड़ी बलिंगटन अस्पताल गया लाहौर उत्थे एक नर्स कहंदी जी आप सुना मां की शान बयान करते मैं कह जी कहंदी जनाब कर दे जी मैं खैर रोज करना है कहंदी इत्थे साडे कोल जदों बंदे आउंदे असीं लिखा लैने तेनू बच्चा चाहिए या बच्चे की मां चाहिए वह कहता बच्चे तो होर भी लभ जाते हैं मैनू बीवी चाहिए। मैं रोन लग पिया कहती क्यों रोए मैं क्या भैने भुल गई मां की ममता वेखनी होए नासर मदनी मां की शान बयान करनी रोज छड़ देगा जा जाके मां बैठते पई हो मेहमान ने गड़ामी कदर जुमला बड़ा कीमती सुनवा लाए काबले कौर जुमला जी जाने मन मुसलमान भाईओ मैं क्या जा बैठते अम्मा लेटी होवे ते एना ही वर्का अगे करके कह दी अम्मा तेनू जान चाहिदी है या बच्चा चाहिदा है तू एक वरा लिखा करोड़ वरा लिख के देगी ए देता है मैनू मार ल पर मेरा पुत्र बच जाए जा मैं क्या लिखा तो सही जरा जा अगर तेनू पता चल जे मां ने जमन लग्या किन्नी दर्द बर्दाश्त की अगर तेनू उस दर्द की शिद्दत का पता चल जे सारी जिंदगी तू मां दे कदमां चों उठे पर तू ते मुल नहीं पाया पर अरश वाले ने मुल पाता है। अगर मां बच्चा जांदी मर जे मैं शहादत की मौत ही लिख देना तेनू पता ही नहीं तू मां नू आम समझे आम ये आम नहीं आम अस्ती नहीं
हजरत मूसा नबी कहते अल्लाह मैनु जन्नत च मेरा पड़ोसी विखा दे, एवें गल्लां ना करया कर, एवें शिकवे ना करया कर। अल्लाह फरमांदे ने मूसा कसाई फटे दे गोश्त वेचदा ई, सुबह तला के शाम तक वे के आओ। कहते बंदा ते चंगा नहीं लगता, शाम नूं आंदे बेली आओ मैं तेरे घर मेहमान आना चाहना है। कहते जी आओ चलिए। सीधा मां दे कमरे च गया, चुल्हे च अग बाली, अखनी तैयार हो गई, मां दे मुंह च चूड़ियां कर करके पा रहा है। अचानक मां दे होन टिले, कन्न नेड़े करदा है, ठा ठा करके हसन लग पिया। कहते जी माफ करना, वो मेरी बुढ़ी जी मां है, मैं उदिया रोज खिदमत करना, ताड़ी खिदमत नहीं कर सकया। कहते बेलिया डर डूरना, पर एक गल कर, जदों मां दे होन टिले तू कन्न नेड़े कीता, ठा ठा करके हसया क्यों? कहते जी ते मेरी मां का रोज का ममूल, उन्निया दे ते कहंदी है हों टिल दे नहीं, मैं कन्न नेड़े करने, मां दे मुंह च दंद कोई नहीं, विचों नीमी नीमी आवाज आउंदी है, रब्बा मेरे पुत्र नूं मूसा नबी दा गवान दे दे। अल्लाह मेरे पुत्र नूं मूसा नबी दा गवान दे दे। मैं नहीं कमलीए माए, किथे मूसा नबी ते किथे मैं गुनाहगार। हजरतां दे बेलिया मां दी दुआ नूं कमला ना कही, जन्नत दूर दी बात ही, अल्लाह ने तेरी दुआ घर ची तोड़ के ले आंदी है। मावां दियां दुआवां तार देंदियां ने, बोलो बोलो मावां दियां दुआवां तार देंदियां ने, दुआवां मां दियां बोलो तार देंदियां ने, दुआवां अज बैठिया वपावा मां दियां तार देंदियां ने, दुआवां मैं तेनू वीरा गल अगे लै चला। ईसा नबी गोच चुके, मां लोकां बोली मारती, नहीं मुल्क दी बंद जबान हुंदी, ना वजन दरियावां नूं बन नहीं रहे, लोकां दी जबान नहीं बंद हो सकती। मरियम सदीका नूं बोली मारी, ये पुत्र कित्थों ले आई, तेरी मां ने एक तेरा बाप ने एक वलियां दी धी हो के ये की कीता, निकाह पढ़िया कोई नहीं, बच्चा जम ले। ते नेक बंदे वास्ते बहुतान मौत हुंदी, बोलो बोलो नेक बंदे वास्ते बहुतान मौत हुंदी। कुरान ने भी कहा, मेरे फरमाया मां ने कह मौला लोकी बोलियां मारदे ने, इस दिन दे आन तो पहला मर गई चंगी। अल्लाह करीम ने फरमाया मरियम डोली ना, पुत्र वल इशारा कर दे, मैं जाना ते ईसा जाने। कहो सुभान अल्लाह। खाल कहना परमाया काला हिन्नी अब्दुल्ला खतानी अल किताब वजा अलनी नबिया। गल करो काला इल्ली अब्दुल्ला, मैं अल्लाह दा बंदा है, उन्हें मैनू किताब भी दित्ती थी, अपना नबी भी बनाया। ईसा नबी ने कियामत तक दे रन्ना मरीदा नू सबक दिता है। जदों मां दी इज्जत दा मसला आवे, पुत्र मां दी गोद च बोल पैंदा है। तुसी इत्थे नहीं बोले, घर बुढ़ियां अगे घटा बोल, उची बोलो उची। जदों मां दी इज्जत दा मसला वे, पुत्र मां दी गोद चो, सारे बोलो सारे बोलो, पुत्र मां दी गोद चो। है ताड़े जिहड़ियां उत्तर मावां भैणां आईयां ने, उन्हां तक आवाज पहुंचे, तां कि घर जाके समझण मदनी ने चंड दित्ते ने। पर एक सुन लिया जे पहलवान नूं, तुसी अपनी बीवी दे सामने मां तो चिड़ के बोलो कमाल नहीं, क्योंकि तुसी बोलन जोगे जे। ईसा नबी उदों बोले जदों बोलन जोगे ही नहीं सी। सुभान अल्लाह। ईसा अलैहि सलाम उदों बोले जदों बोलन जोगे। हुण दे रन मरीद नूं मां कहे ना, तेरी बेगम ने इंज कह आई, चल कोई नहीं मां तू सबर कर लैना सी। अत आंदी मैं ते मां उदों नहीं सबर कर ला जदों तेरे वर्गा रन मरीद जमिया सी, अत मैं तो उदों नहीं सबर कर। सही गल इंज कर दे, मां नूं कहिंदे सबर कर ले, बीवी मगर लग के। हा हा हा, कैसे लोग ने, की मां की शान दसा इन्हों लोग, दुनिया ही जब बिगड़ी पई है, मां तो समझते कुछ नहीं। बोलो मां,
कुरान कहना रब्बे हबली मैंने सवाल ही माला मैनू पुत्र चाहिए। अल्लाह करीम ने परमा खलील मंगिया तू अपनी मर्जी ना ले देना में अपनी मर्जी दे या अल्लाह किसरा दा दवेगा। फरमाया पापा शरना हूं बेगुला मैन हाली मैं पुत्र ही इसरा दा दवांगा जे गर्दन ते छुरी भी रखे ते सी नहीं करेगा। पुत्र मिले ना तो अल्लाह करीम ने मैं जड़ी चीज़ सोहनी लगती मेरे राह च सिबा कर दे। साढ़े मुसलमान अल्लाह के राह से चीज़ पता किस तरह दें बेगम के प्रौने आ जान अपने आ जान माशाल्लाह बिरयानी पकेगी बादिया खताई डाल लो ये डाल लो वो डाल लो लेग पीस डाल लो पोटा नहीं डालना गर्दन नहीं डालनी मेरी इंसल्ट ना हो जाए। वी आई पी मेहमान जो बिरयानी तैयार हो जाती बल्ले बल्ले भी बड़ी कुक तेरी बुढ़ी बड़ा टेस्ट है। हाँ जी अगले साल एक डब्बी होर मसाले की ठोका गल सीधी है। तो आज जो रब दे राह चीज़ देनी हो ना दो किलो छोले भ्यों मैं छोले लगना देख देनी हों जी बोलो तो बेच चार ठोक देंगे ने जरा चौल खावे ना डॉक्टर को तो 200 भर के आवे ना चार ठोक देंगे बेच तो ना ही आख देता करारा पकेगा तो तू घर ही लै जा घर सारा तो उत्थे जा करारा खा तू बंदियां दे गले लैना और रब दे ना ते देख देनी ते चने पाके ते जदों बेगम दे आने ना पिछले आना सुभान अल्लाह क्या बात है सोने चन मखना गल सही की है गल उन्हें सही मेरे बुजुर्ग ने की ठंड पा दी है। अल्लाह जानता मुसलमान उधार वेख लो इंजी एक नहीं निके निके होंगे सर जंजा लुटते होंगे स जंज वेखी है वह सारे लुटते रह कि हलते नाते जद हूँ भी कई लुट लेंगे ने कोई डालर सुटे लुटन लग पे लोग और सारे जंजा वेखिया उत्थे जंज आ जाती है तो वहीद साहब वर्गे बुजुर्ग आते हैं जंज बड़ी आ गई है तो रोटी विखाओ जी आप पंजी देगा ने उन्हें छेती सारी रोटी कट्ठी खोल दो तो मगरों किसी ने पूछा जे ना वो जो खोल देंगे ने हथों हथी खाधी गई किनिया को बचिया दो देगा वो छेती करो है फरूक आसम साहब के मदरसे च जामिया मंदिया च फलाने मदरसे च देग दे छेती वहीद साहब के मदरसे वह बुस जानी जी दे जो देग लैके तुर देन अल्लाह पा फरमाते ने फरिश्ते यह देग लैके आते इन्हों के बूथे ते मारिया जे देग अल्लाह एडी मेहनत ना लिया तो देग इन्हों के बूथे ते वजे अल्लाह पा फरमाते ने मैं सही कह रहा जे क्यों मैनू वधी घटी की लोड़ कोई नहीं गी मैनू वधी घटी की मैनू उदों लोड़ सी जदों पंजी पईआं सी एक मेरे दरबार च भेजदा तो मैं पंजा जिनी बरकत पा देनी सी पर साढ़े मुसलमान वधी घटी मसीते घल देंदे दरस चल मैं कसम उठा के कहना है जे इन्ह के घर चेडी फ्रिज होना देग उ तुन लैनी मसीह तो कोई नहीं करनी है। मैं सही कहना वो दे फ्रिज नहीं इन्होंने को है देग उ कर लैनी है। मैं सची कहना रब के नाम से देना तो इंज का आ तुम रोजिया वेख्या करो मसीते आदियाँ खजूर आ बाबा के दंद भज जाते तो चिट्ठिया नहीं जाए तो जो घर मंगाने ए पुत्र यह जी खजूर लियाई जी खुरदी लंघती जाए गले च वाह जड़िया रब दे राह ते कलनिया ओनू कसमें हाथा ना की तोड़ना पत्थर ना पैंदा सही कहो माला ना इत्थे आउंदियां ने रोजियां च अल्लाह क्यों भी मैं सची नहीं गल कीती। अल्लाह करीम ने परमा खलील ओ ज़िबा करी जेड़ी सब तो सोहनी खलील कहंदे ने पुत्र तो वध ते मैनू कोई सोहना नहीं पहला ने कहा इहनू कर दे जिले परमा खलील कहने मौला मैं राजी फरमा पुत्र नू पुछ कहने काला या बुनिया इन्नी अरा फिर मनामी अन्नी अस बाहू का फंजर माजा तरा आदे पुत्रा मैं खा वेखिए गर्दन तेरी ए ते छुरी उची बोलो ताडे फिरनी नहीं उच बोलो मेरे के गर्दन तेरी ए ते छुरी
हसन वाला भी नबी है ते सुन वाला भी नबी है। ये फैजान नजर था भाई अब्बास, ये फैजान नजर था, ये मकतब की करामत थी। सिखाए किसने इस्माइल को अदाबे परजंदी, हदे बाबा जिमें तू राजी। काला या आबा ते पालमा तोमर, ए मेरे अबू जी। उची बोलो ए मेरे अबू जी। हुण मैं कई बंदियां नूं पुछिया तुसी किथे चले, है मैं नशहरे वीरकां चलना जिया नूं लैण। उन्हें बेगम का ना ही जी रख लिया। वो बोलो तो सही, माँ नूं जी नहीं कहना, बाप नूं जी नहीं कहना, ते वो जिहड़ी जनाबे वाला बेगम है ना, वो बोलो तो सुप्रीम कोर्ट, हाई कोर्ट नहीं सुप्रीम कोर्ट। हाई कोर्ट च तो उम्मीद होंदी है ना भी गल ना मनीचे तो बंदा सुप्रीम कोर्ट च मना लू, पर यह हुण सुप्रीम कोर्ट है। उन्हें कहा तू मरदा तो मर, मैं जिथे अड़ी है इत्थे अड़ी है, इत्थे ही अड़ी है। वो आंदी मैं अड़ी हाँ। अल्लाह माफ करे। सुन लो, इमाम गजाली ने किताब लिखी नसीहतुल मलूक, औरतों दी 10 किस्म लिखिया है। जिहड़ी औरत खावंद अगे अड़ जे उहदे च खच्चर दी सिफत है। की सिफत है? खच्चर जिथे अड़ जाए पुल दे विच, कार अड़ जाए फिर उहनूं कौन तोरे? उह बोलो ते सही। खच्चर दी सिफत है जिहड़ी औरत अपने खावंद अगे अड़ जाए। ते सपनी दी सिफत उह है कि उत्तों बड़ी मिठी ते विचों फिर खावंद नूं उह छुरा मार दी है कि बंदा आंदा मैनूं तेरे तो उम्मीद नहीं सी कि तू ये करेंगी। जहर दे दिंदियां बंदे नूं मार के ते अपने विड़े च नप दिंदियां। बोलो तो सही गल। अखबार च टीवी चाहुंदा नहीं। ते इमाम गजाली ने उस औरत नूं सपनी दी सिफत वाली ते सब तो वड्डी सिफत सोहनी पता की लिखी? भेड़ बकरी दी, कि भुखी रह लैंदी है पर मालक दा गिला नहीं करदी। ते जदों उहनूं कोई मालक गल करे ते वह जी तो इलावा बोलदी नहीं। बोलो जी तो इलावा बोलती नहीं। यह तकरीर का निचोड़ है, इनू आपू पले बना के तो दुआ करा लगे हाँ। इनू पले बनना है। बाबा जी का पुत्र है अबा, कहो अबू जी। घर ना क्या जे इत मर लो, उची कहो जरा नहीं वेह लवो। बाबे भी कहो, सारे कहो ए मेरे अल्लाह। अल्लाह कित लफज हमेशा ही ताडे मुँह ते पक जाए, कहो आमीन। अल्लाह जानता है। पुत्र कहना बाबा जिमें तू राजी, पुत्र छुरा पिना है। जिले परमाया करील का पुत्र कहना बाबा एहो जिहा हज़ार इस्माइल भी आवन अपने रब दे नां तो वार दे वी पुत्र लब जांदे ही मौला दी मुहब्बत रोज रोज नहीं लभदी। मैं बार दे ते लामा इकबाल बोले कलंदरे लाहौरी ते ताडे जिले दे साडू ने वह नाल ही है ना। बोलो तो सही, सियालकोट तो गुजरावाला नाल नाल साडू ही है और डिवीजन इको ही है ना। ध्यान बोलो तो सही यार, इको है ना। सियालकोट ही बोलते ने बड़े प्यार ना, कहते ने कुरबान दिलो जान क्या चीज हमारी है, ये दिल भी तुम्हारा है, मिलके ये दिल भी है, और ये जब भी है क्या पेशे करूं तुझको, क्या चीज है हमारी है, मिलके ये दिल भी तुम्हारा। हाफिज फुरकान साहब मिलके शेर पढ़ लो आखरी है, ये दिल भी तुम्हारा है और ये जब भी है। खलील दा पुत्र कहना बाबा मैं राजी है। ते खलील जो बोलिया खेदने तन और देवा मैं मनवा रे देवा मैं मौला दे ना तो फरजंदवार देवा। अल्हम्दुलिल्लाह रब्बिल आलमीन अल्लाह
अल्लाह जिनके माँ बाप दुनिया से चले गए कब्रों को जन्नत का बाग बना। ऐ मेरे लाजपाल मौला कर्जदारों के कर्जे दूर फरमा, मर्जदारों की मर्जे दूर फरमा,